ਇੱਕ ਗੱਲ ਕਹਾਂ, ਗੁੱਸਾ ਤਾਂ ਨਹੀਂ ਕਰੋਗੇ? ਪਲੀਜ਼ ਯਾਰ ਗੁੱਸਾ ਨਾ ਕਰਿਓ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ, ਅਤੇ ਉਹ ਗੱਲ ਹੀ ਦਰਅਸਲ ਇੱਦਾਂ ਦੀ ਆ ਕਿ ਆਪਾਂ ਉਹ ਵਾਲੀ ਮਟਕੀ ਛੱਡ ਕੇ ਬਾਕੀ ਸਾਰੀ ਆਪਾਂ ਮਟਕੀਆਂ ਉਤਾਰ ਦੇਣੀਆਂ ਜੀ। ਚਲੋ ਜੀ, ਇੱਕ ਮਟਕੀ ਉਤਾਰ ਦਿੱਤੀ ਆ, ਲਓ ਜੀ। ਸਾਰੇ ਕਬੂਤਰ ਡਾਕ ਵੇਲੇ ਕਿੰਨਾ ਕੁ ਮਜ਼ਾ ਆਉਂਦਾ, ਨਾਲ ਦੇਖਦੇ ਹਾਂ ਵੀ ਆ ਸਾਰੇ ਉੱਡਦੇ ਕਿ ਨਹੀਂ ਉੱਡਦੇ। ਅਤੇ ਲੱਲੀ ਦਾ ਰਿਸਕ ਕੋਈ ਗੱਲ ਨਹੀਂ, ਕਿਤੇ ਨਹੀਂ ਜਾਣਾ ਇਹਨਾਂ ਨੇ। ਅਤੇ ਚਲੋ ਡਾਕ ਵੇਲੇ ਨੇ ਮਾੜਾ ਜਿਹਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਕਿਵੇਂ ਹੋ? ਸਾਰੇ ਠੀਕ ਠਾਕ ਹੋ? ਸੋ ਅਸ ਕਰਦੇ ਸਾਰੇ ਵਧੀਆ ਹੋ ਗਏ, ਬਿਲਕੁਲ ਠੀਕ ਠਾਕ ਹੋ ਗਏ। ਸੋ ਵੀਰੇ, ਸਭ ਤੋਂ ਪਹਿਲਾਂ ਮੈਂ ਮਾਫ਼ੀ ਮੰਗਦਾ ਹਾਂ ਕਿ ਕੱਲ੍ਹ ਮੈਂ ਵੀਡੀਓ ਨਹੀਂ ਪਾ ਸਕਿਆ। ਸੋ ਕਿਉਂਕਿ ਡੇਲੀ ਦੀ ਰੂਟੀਨ ਹੁੰਦੀ ਆ ਕਿ ਡੇਲੀ ਆਪਾਂ ਵੀਡੀਓ ਪਾਉਣੀ ਪਾਉਣੀ ਆ, ਲੇਕਿਨ ਜਦੋਂ ਇੱਕ ਅੱਧਾ ਨਾਂ ਦੇਣ ਪਾਈਏ ਤਾਂ ਸਾਰਿਆਂ ਨੂੰ ਹੁੰਦਾ ਕਿ ਯਾਰ ਵੀਡੀਓ ਪੈਣੀ ਚਾਹੀਦੀ ਤਾਂ ਆਈ ਕਿਉਂ ਨਹੀਂ ਹੈ। ਸੋ ਇਸ ਕਰਕੇ ਮੈਂ ਮਾਫ਼ੀ ਮੰਗ ਲਈ ਨਾ ਸਾਰਿਆਂ ਤੋਂ ਪਹਿਲਾਂ। ਠੀਕ ਹੈ ਜੀ, ਸ਼ੁਰੂਆਤ ਜੀ। ਸੋ ਸ਼ੁਰੂਆਤ ਕਰਨੀ ਜੀ ਆਪਣੇ ਮੁਰਗਿਆਂ ਤੋਂ, ਮੁਰਗੇ ਆਪਾਂ ਕੱਢਣੇ ਹਲੇ। ਅਤੇ ਉਹ ਦੇਖੋ ਲੈ ਰਹੇ ਜੀ ਤਰਲੇ, ਅਤੇ ਆਪਾਂ ਇਹਨਾਂ ਨੂੰ ਕੱਢਦੇ ਹਾਂ ਬਾਹਰ, ਕਿਉਂਕਿ ਜ਼ਿਆਦਾ ਲੇਟ ਨਾ ਕਰੀਏ ਇਹਨਾਂ ਨੂੰ। ਆ ਜਾਓ ਵੀ ਮਿੱਤਰੋ। ਅਤੇ ਉੱਥੇ ਆਪਾਂ ਇਹਨਾਂ ਦੀ ਰੋਟੀ ਅਤੇ ਨਾਲ ਪਾਣੀ ਰੱਖਿਆ ਵਾ, ਕਣਕ ਵੀ ਇਹਨਾਂ ਨੂੰ ਬਾਅਦ 'ਚ ਪਾਉਂਦੇ ਹਾਂ, ਪਹਿਲਾਂ ਰੋਟੀ ਰਾਟੀ ਖਾ ਲੈਣਗੇ। ਅਤੇ ਬਾਅਦ 'ਚ ਤੁਹਾਨੂੰ ਵਿਖਾ ਦੇਗੇ ਆਪਣੇ ਕਬੂਤਰ ਅਤੇ ਬਜੀ ਗਿੰਨੀ ਪਿੱਗ ਅਤੇ ਸਾਡੇ ਰੈਬਿਟ ਅਤੇ ਲਵਬਰਡ, ਬਾਕੀ ਸਾਰਾ ਕੁਝ ਤੁਹਾਨੂੰ ਵਾਰੀ ਵਾਰੀ ਵਿਖਾ ਲਾਂਗੇ। ਠੀਕ ਹੈ ਜੀ, ਸੋ ਬਣੇ ਰਹੋ ਵੀਡੀਓ 'ਤੇ। ਚਲੋ ਬਾਈ ਜੀ, ਚੈੱਕ ਕਰੋ ਜੀ, ਸਾਡੇ ਮੁਰਗੇ ਬਿਲਕੁਲ ਓਕੇ ਆ ਜੀ। ਸਾਡਾ ਵੱਡਾ ਸੀਨ ਮੁਰਗਾ ਤੁਸੀਂ ਦੇਖਿਆ ਹੀ ਆ, ਕਾਫੀ ਵਧੀਆ ਵਾ। ਸਾਡੀਆਂ ਬੱਤਕਾਂ ਵੀ ਬਿਲਕੁਲ ਸੈੱਟ ਆ, ਕਿਉਂਕਿ ਗਰਮੀ ਦਾ ਕਾਫੀ ਅੱਗੇ ਨੂੰ ਰਾਹਤ ਮਿਲੀ ਆ। ਅਤੇ 2-4 ਦਿਨ ਹੋ ਗਏ ਆ, ਮਾਰਚ ਤਾਂ ਨਹੀਂ ਹੋ ਰਹੀ ਪੂਰੀ, ਲੇਕਿਨ ਹਵਾ ਚੱਲਦੀ ਆ, ਸ਼ਾਮ ਨੂੰ ਬੱਦਲ ਹੋ ਜਾਂਦਾ ਕਾਫੀ, ਅਤੇ ਉਹਦੇ ਨਾਲ ਕਾਫੀ ਫਰਕ ਆ, ਕਿਉਂਕਿ ਰਾਤ ਵੀ ਵਧੀਆ ਨਿਕਲ ਜਾਂਦੀ ਅਤੇ ਦਿਨੇ ਵੀ ਕਾਫੀ ਫਰਕ ਹੈਗਾ ਵਾ। ਠੀਕ ਹੈ ਜੀ, ਅਤੇ ਚੱਲਦੇ ਜੀ ਆਪਾਂ ਮਾਸਟਰ ਕੇਜ, ਸੋ ਉਹ ਵੀ ਤੁਹਾਨੂੰ ਦਿਖਾ ਦਈਏ ਉੱਥੇ ਦਾ ਹਾਲ। ਠੀਕ ਹੈ ਜੀ, ਚਲੋ ਬਾਈ ਜੀ, ਆਪਾਂ ਆ ਗਏ ਜੀ ਮਾਸਟਰ ਕੇਜ 'ਚ। ਅਤੇ ਸਾਡੀਆਂ ਬਜਿਸ ਨਹੀਂ ਦੇ ਸਕਦੇ ਕਿ ਬਿਲਕੁਲ ਓਕੇ ਆ, ਠੀਕ ਠਾਕ ਆ, ਅਤੇ ਸਾਡੇ ਗਿਨੀ ਪਿਗ ਵੀ ਬਿਲਕੁਲ ਠੀਕ ਠਾਕ ਆ। ਅਤੇ ਇੱਥੇ ਬਜਿਸ ਨੇ ਸੁੱਟੇ ਹੋਏ ਆ ਜੀ ਆਪਣੇ ਪੁਰਾਣੇ ਆਂਡੇ, ਅਤੇ ਤੁਸੀਂ ਇੱਥੇ ਵੀ ਦੇ ਸਕਦੇ ਹੋ। ਆਹ ਦੇਖੋ, ਇੱਕ ਇੱਥੇ ਵੀ ਪਿਆ ਹੋਇਆ ਵਾ, ਬਿਲਕੁਲ ਹੌਲੇ ਆ, ਆਈ ਮੀਨ ਖਰਾਬ ਆ ਜਿਵੇਂ। ਸੋ ਇਹਨੂੰ ਰੱਖਦੇ ਨੇ ਸਾਈਡ 'ਤੇ, ਇੱਥੇ ਰੱਖਦੇ ਨੇ ਟੋਕਰੀ 'ਚ। ਅਤੇ ਬਾਕੀ ਠੀਕ ਠਾਕ ਆ ਮਾਹੌਲ ਜੀ, ਵਧੀਆ ਚੱਲਦਾ ਪਿਆ ਵਾ। ਸੋ ਸਾਡੇ ਗਿੰਨੀ ਪਿਗ ਦੇ ਬੱਚੇ ਵੀ ਤੁਸੀਂ ਦੇ ਸਕਦੇ ਹੋ ਕਿ ਕਾਫੀ ਵੱਡੇ ਹੋ ਗਏ ਆ, ਅਤੇ ਅੰਦਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਆ ਲਓ ਜੀ, ਚੈੱਕ ਕਰੋ, ਬਿਲਕੁਲ ਓਕੇ ਆ ਜੀ, ਗੁੱਡ ਆ, ਵੈਰੀ ਗੁੱਡ ਆ। ਠੀਕ ਆ, ਜਿਹਦੀ ਗੱਲ ਕਹਿੰਦੇ ਬਜੀ ਸਾਡੀ ਬਿਲਕੁਲ ਓਕੇ ਆ, ਠੀਕ ਠਾਕ ਆ। ਅਤੇ ਯਾਰ ਇਹਨਾਂ ਦੀਆਂ ਆਪਾਂ ਮਟਕੀਆਂ ਉਤਾਰ ਦੇਣੀ, ਕਿਉਂਕਿ ਕਾਫੀ ਮੇਰੇ ਵੀਰ ਮਿੰਟਾਂ ਵਿੱਚ ਇਹੀ ਕਹਿ ਰਹੇ ਆ ਕਿ ਤੁਸੀਂ ਯਾਰ ਮਟਕੀਆਂ ਉਤਾਰ ਦਿਓ। ਸੋ ਇਹਨਾਂ ਕੋਲ ਬਰੀਡਿੰਗ ਨਾ ਲਓ, ਮਤਲਬ ਕਿ ਬਰੀਡਿੰਗ ਨਾ ਕਰਾਓ। ਅਤੇ ਆਪਾਂ ਯਾਰ ਦੇਖਦੇ ਇਹਨਾਂ ਨੇ ਕਿਤੇ ਆਂਡੇ ਉਂਡੇ ਦਿੱਤੇ ਆ ਕਿ ਜਾਂ ਕਿਵੇਂ ਆ, ਅਤੇ ਮਟਕੀਆਂ ਤਾਂ ਖਾਲੀ ਆ ਬਿਲਕੁਲ, ਹੈ ਨਾ। ਅਤੇ ਆਪਾਂ ਇੱਦਾਂ ਕਰਦੇ ਕਿ ਉਤਾਰ ਹੀ ਦਿੰਦੇ ਤਾਂ ਵਧੀਆ ਰਹੇਗਾ। ਮੇਰਾ ਧਿਆਨ ਆਇਆ ਕਿ ਆਪਾਂ ਜਿਹੜੀਆਂ ਮਟਕੀਆਂ ਉਹਨਾਂ ਉਤਾਰ ਹੀ ਦਿੰਦੇ ਯਾਰ, ਹੈ ਨਾ। ਜੇ ਕਿਹਾ ਵਾ ਤੁਹਾਨੂੰ ਕਰ ਦਈਏ ਕੰਮ, ਫਿਰ ਮੈਨੂੰ ਚੇਤਾ ਭੁੱਲ ਜਾਣਾ ਵਾ ਜੀ ਮਟਕੀਆਂ ਅਗਲੀ ਵੀਡੀਓ 'ਚ ਦੇਖੀਆਂ, ਫਿਰ ਮੇਰੇ ਵੀਰਾਂ ਨੇ ਕਮੈਂਟ ਕਰਨੇ ਯਾਰ ਤੁਸੀਂ ਗੱਲ ਮੰਨਦੇ ਨਹੀਂ ਆ। ਅਤੇ ਆਪਾਂ ਲੈਂਦੇ ਕਟਰ, ਅਤੇ ਲਓ ਜੀ ਇਹ ਵਾਲਾ ਕਟਰ ਆ ਗਿਆ ਸਾਡੇ ਕੋਲ। ਅਤੇ ਇਹਨਾਂ ਆਪਾਂ ਚੱਲਦੇ ਹਾਂ ਸਿੱਧਾ ਮਟਕੀਆਂ ਦੇ ਕੋਲ, ਅਤੇ ਮਟਕੀਆਂ ਦੇ ਤਾਰਾਂ ਕੱਟ ਕੱਟ ਕੇ ਅਤੇ ਮਟਕੀਆਂ ਉਤਾਰ ਦਿੰਦੇ ਫਿਰ। ਚਲੋ ਬਾਈ ਜੀ, ਆ ਗਏ ਆਪਾਂ ਮਾਸਟਰ ਕੇ 'ਚ, ਕਟਰ ਚਲਾਉਂਦੇ ਹੁਣ। ਅਤੇ ਯਾਰ ਕਟਰ ਚਲਾਵਾਂਗੇ ਅਤੇ ਵੀਡੀਓ ਕਿੱਦਾਂ ਬਣਾਵਾਂਗੇ? ਅਤੇ ਰੁਕੋ, ਆਪਾਂ ਲੈ ਕੇ ਆਉਂਦੇ ਹਾਂ ਜੀ ਸਟੈਂਡ, ਅਤੇ ਸਟੈਂਡ ਦੇ ਨਾਲ ਉੱਪਰ ਲਾ ਕੇ ਅਤੇ ਫਿਰ ਵੀਡੀਓ ਬਣਾਉਂਦੇ ਹਾਂ। ਠੀਕ, ਆਪਾਂ ਲੈਂਦਾ ਸਟੈਂਡ, ਤਾਂ ਆਪਾਂ ਲਗਾਉਂਦੇ ਹਾਂ ਜੀ ਫੋਨ ਨੂੰ ਸਟੈਂਡ 'ਤੇ, ਅਤੇ ਫਿਰ ਆਪਾਂ ਕੱਟਦੇ ਹਾਂ ਜੀ ਮਟਕੀਆਂ ਦੀਆਂ ਤਾਰਾਂ। ਅਤੇ ਲਓ ਬਾਈ ਜੀ, ਆ ਗਿਆ ਸਾਡੇ ਹੱਥ ਕਟਰ, ਅਤੇ ਹੁਣ ਸਾਰੀਆਂ ਮਟਕੀਆਂ 'ਤੇ ਨੇ ਜਿਹਦੇ ਵਿੱਚ ਆਂਡੇ ਸੀ। ਯਾਰ ਕਿਹਦੇ 'ਚ ਆਂਡੇ ਸੀ ਪਹਿਲਾਂ? ਹਾਂ ਇਹਦੇ ਵਿੱਚ ਆਂਡੇ ਨਹੀਂ ਆ, ਉਹਦੇ ਵਿੱਚ ਆਂਡੇ ਆ। ਆਪਾਂ ਉਹ ਵਾਲੀ ਮਟਕੀ ਛੱਡ ਕੇ ਬਾਕੀ ਸਾਰੀ ਆਪਾਂ ਮਟਕੀਆਂ ਉਤਾਰ ਦੇਣੀਆਂ ਜੀ। ਚਲੋ ਜੀ,
ਇੱਕ ਮਟਕੀ ਉਤਾਰ ਦਿੱਤੀ ਆ, ਲਓ ਜੀ ਇੱਕ ਮਟਕੀ ਉਤਰ ਗਈ ਆ, ਤੇ ਬਾਕੀ ਹੁਣ ਇਹਦੇ ਵਿੱਚ ਬੱਚੇ ਹੈਗੇ ਆ ਆਪਾਂ ਉਤਾਰਦੇ ਜੀ ਇਹ ਵਾਲੀ। ਚਲੋ ਬਾਈ ਜੀ ਇਹ ਵੀ ਮਟਕੀ ਖਾਲੀ ਆ, ਇਹ ਵੀ ਉਤਾਰ ਦਿੱਤੀ। ਰਹਿ ਗਈ ਆ ਜੀ ਇਹ ਵਾਲੀ ਮਟਕੀ, ਇਹਨੂੰ ਆਪਾਂ ਕੋਸ਼ਿਸ਼ ਕਰਦੇ ਉਹਦੇ ਉੱਤਰ ਗਏ। ਚਲੋ ਜੀ ਇਹ ਵੈਸੇ ਉਤਰ ਗਈ ਆ, ਇਹ ਵੀ ਖਾਲੀ ਹੈਗੀ ਆ। ਚਲੋ ਜੀ ਆਪਾਂ ਮਟਕੀਆਂ ਤਿੰਨ ਉਤਾਰ ਦਿੱਤੀਆਂ, ਤੇ ਬਾਕੀ ਹੁਣ ਇਹ ਵਾਲੇ ਆਪਾਂ ਰਹਿਣ ਦੇਣੇ ਹੈਗੇ ਆ, ਇਹ ਵੀ ਰਹਿਣ ਦੇਣਾ ਵਾ ਕਿਉਂਕਿ ਇਹਨਾਂ ਦਾ ਕੋਈ ਉਹਦੇ ਵਿੱਚ ਆਂਡੇ ਉਂਡੇ ਕੱਢ ਨਹੀਂ ਹੁੰਦੀਆਂ ਵਾ। ਅਤੇ ਜਿਹੜੇ ਸਾਡੇ ਹੋਮ ਬਰੀਡਿੰਗ ਵਾਲੇ ਸਾਰੇ ਦੂਸਰੇ ਆ ਆਪਣੇ ਲੱਕੜ ਦੇ ਬੋਕਸ ਆ, ਅਤੇ ਉਹਨਾਂ ਦਾ ਦੇਖਦੇ ਨੇ ਯਾਰ ਕੁਝ ਕਰਨਾ, ਵੈਸੇ ਤਾਂ ਪੱਕੇ ਲੱਗੇ ਆ, ਉਹਨਾਂ ਨੂੰ ਉਤਾਰਨ ਦੀ ਲੋੜ ਨਹੀਂ ਹੈਗੀ। ਸੋ ਬਾਈ ਦਾ ਵੇਖ ਲੈਂਦੇ ਫਿਰ ਵੀ ਵੀਰੇ ਇੱਧਰ ਜਿਹੜਾ ਆਹ ਵਾਲਾ ਬੋਕਸ ਵਾ ਇਹ ਆਪਾਂ ਉਤਾਰ ਹੀ ਦਿੰਦੇ ਹਾਂ, ਇਹਦੇ ਵਿੱਚ ਆਂਡੇ ਦਿੱਤੇ ਸੀ, ਵੇਖ ਲੈਂਦੇ ਆਂਡੇ ਕਿੰਨੇ ਨੇ। ਇਹ ਵੀ ਆਹ ਦੇਖੋ, ਅਤੇ ਕੁਛ ਨਹੀਂ ਹੈਗਾ ਲੱਗਦਾ, ਚੁੰਬ ਬਿਲਕੁਲ ਹੌਲਾ ਹੋ ਗਿਆ ਵਾ, ਅਤੇ ਇਹਨੂੰ ਆਪਾਂ ਰੱਖ ਦਿੰਦੇ ਸਾਈਡ 'ਤੇ, ਅਤੇ ਆਹ ਵੀ ਆਪਾਂ ਉਤਾਰ ਲਿਆ ਜੀ। ਸੋ ਇਹ ਵਾਲਾ ਜਿਹੜਾ ਬੁਕਸ ਵਾ ਇਹ ਪੱਕਾ ਹੀ ਲੱਗਾ ਵਾ ਕਿਲ ਦੇ ਨਾਲ, ਉਹਨੂੰ ਆਪਾਂ ਰਹਿਣ ਦਿੰਦੇ ਹਾਂ, ਇਹ ਵੀ ਆਪਾਂ ਰਹਿਣ ਦੇਣਾ, ਠੀਕ ਹੈ ਜੀ। ਇਹਨਾਂ ਨੂੰ ਰੱਖ ਦਿੰਦੇ ਥੱਲੇ, ਅਤੇ ਲਓ ਜੀ ਆਪਾਂ ਉਤਾਰ ਦਿੱਤੇ ਜੀ ਚਾਰ। ਚਲੋ ਬਾਈ ਜੀ ਇੱਕ ਦੋ ਤਿੰਨ ਅਤੇ ਚਾਰ, ਚਾਰ ਆਪਾਂ ਹੋਮ ਜਿਹੜੇ ਉਤਾਰ ਦਿੱਤੇ ਇਹਨਾਂ ਦੇ, ਅਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਖਾਲੀ ਹੋ ਗਿਆ ਸਾਰਾ ਸਿਸਟਮ, ਅਤੇ ਜਿਹੜੀ ਇੱਕ ਵਜੇ ਜਿਸਨੇ ਵਿੱਚ ਦਿੱਤੇ ਆਂਡੇ ਉਹ ਆਪਾਂ ਰਹਿਣ ਦਿੰਦੇ ਹਾਂ। ਮੇਰੇ ਹਿਸਾਬ ਨਾਲ ਉੱਦਾਂ ਵੀ ਉਤਾਰ ਦੇਣਾ ਚਾਹੀਦਾ ਸਾਨੂੰ, ਕਿਉਂਕਿ ਮਤਲਬ ਕਿਉਂਕਿ ਜਿਹੜੀ ਆਪਾਂ ਮਟਕੀ ਇੱਕ ਰਹਿਣ ਦਿੱਤੀ ਨਾ ਉਹਦਾ ਕਰਕੇ ਉਹ ਸਾਡਾ ਵੀ ਦੂਜੀਆਂ ਮਟਕੀ ਆਪਣੀਆਂ ਵਜਿਸ ਦੀ ਲੜਾਈ ਹੋ ਜੇ, ਅਤੇ ਉਹਨਾਂ ਦੇ ਆਂਡੇ ਵੀ ਤੋੜ ਸਕਦੀਆਂ ਵਾ। ਅਤੇ ਬਾਕੀ ਦੇਖ ਲੈਂਦੇ ਹਾਂ ਆਪਾਂ ਇੱਕ ਦੋ ਦਿਨ ਵੇਖ ਲੈਂਦੇ ਹਾਂ, ਜੇ ਤੋੜਨਗੀਆਂ ਫਿਰ ਆਪਾਂ ਮਟਕੀਆਂ ਵੀ ਉਤਾਰ ਦਾਂਗੇ, ਠੀਕ ਹੈ ਜੀ। ਭਾਅ ਜੀ ਮਟਕੀ ਆਪਾਂ ਸਾਈਡ 'ਤੇ ਰੱਖਤੀਆਂ ਵਾ, ਅਤੇ ਯਾਰ ਅੱਜ ਨਾ ਲਾਈਟ ਨਹੀਂ ਆ ਰਹੀ, ਬੜਾ ਪੰਗਾ ਪਿਆ ਵਾ, ਅਤੇ ਤੁਸੀਂ ਦੇਖ ਸਕਦੇ ਪਾਣੀ ਬੰਦ ਵਾ ਇਧਰੋਂ ਵੀ, ਅਤੇ ਵੈਸੇ ਪਾਣੀ ਪੀਣ ਯੋਗਾ ਤਾਂ ਇਹਨਾਂ 'ਤੇ ਹੈਗਾ ਉਹ ਪੱਖਾ ਬੰਦ ਵਾ, ਸੋ ਲਾਈਟ ਦੀ ਪ੍ਰੋਬਲਮ ਆ ਰਹੀ ਸੀ। ਸੋ ਵਾਰ ਵਾਰ ਮੌਸਮ ਠੰਡਾ, ਤੁਹਾਨੂੰ ਲਾਭੜ ਵੀ ਉਖਾਲ ਦਿੰਦੇ ਹਾਂ, ਸਾਡੇ ਲਾਭੜ ਵੀ ਓਕੇ ਆ, ਬਿਲਕੁਲ ਠੀਕ ਠਾਕ ਆ, ਅਤੇ ਬੜੇ ਖੁਸ਼ ਵਾ, ਅਤੇ ਤੁਸੀਂ ਬਾਕੀ ਦੇ ਵੇਖ ਲਿਆ ਵੀ ਵਿਛਲਾਂ ਪੂਰੀਆਂ ਚੱਲਦੀਆਂ ਨਵੀਆਂ, ਆਹ ਦੇਖੋ ਤੁਸੀਂ, ਹਾਂਜੀ ਰੈਡ ਆਈਜ਼, ਹਾਂਜੀ ਬੋਲੋ ਬੋਲੋ। ਹਾਂ ਯਾਰ ਇੱਕ ਗੱਲ ਹੈਗੀ ਆ, ਜਿਹੜੇ ਸਾਡੇ ਲਵ ਬਰਡ ਆ ਯਾਰ, ਗੱਲਾਂ ਜੇ ਆਪਾਂ ਛੋਟੇ ਜਿਹੇ ਬੱਚੇ ਨੂੰ ਗੱਲਾਂ ਕਰਨੀਆਂ ਸਿਖਾਈਏ ਅਤੇ ਕੀ ਸਿੱਖ ਸਕਦੇ ਆ, ਜਾਂ ਕਮੈਂਟਾਂ ਵਿੱਚ ਸਾਨੂੰ ਜ਼ਰੂਰ ਦੱਸੋ ਫਿਰ ਆਪਾਂ ਇਹਨਾਂ ਦਾ ਕਿੱਦਾਂ ਕਰਾਂਗੇ, ਕਿ ਜਿਹੜਾ ਛੋਟਾ ਜਿਹਾ ਬੱਚਾ ਹੋਏਗਾ ਨਾ ਇਹਨਾਂ ਦਾ ਯਾਰ ਆਪਾਂ ਉਹਨੂੰ ਗੱਲਾਂ ਕਰਨੀਆਂ ਸਿਖਾਵਾਂਗੇ, ਜੇ ਗੱਲਾਂ ਸਿੱਖ ਸਕਦੇ। ਅਤੇ ਵੈਸੇ ਤਾਂ ਉਹ ਜਿਹੜੇ ਇੰਡੀਅਨ ਬਰਡ ਹੁੰਦੇ ਉਹ ਸਿੱਖਦੇ ਆ, ਇਹਨਾਂ ਦੇ ਬਾਰੇ ਪਤਾ ਨਹੀਂ ਆ, ਜੋ ਦੱਸ ਦਿਓ ਜੇ ਕਮੈਂਟਾਂ ਵਿੱਚ ਦੱਸ ਦਿਓ ਜੇ ਸਿੱਖਦੇ ਆ, ਅਤੇ ਯਾਰ ਆਪਾਂ ਇਹਨਾਂ ਨੂੰ ਜ਼ਰੂਰ ਗੱਲਾਂ ਕਰਨੀਆਂ ਸਿਖਾਵਾਂਗੇ, ਠੀਕ ਹੈ ਜੀ। ਚੱਲਦੇ ਹਾਂ ਜੀ ਕਬੂਤਰ ਖੋਲਦੇ ਹਾਂ, ਅਤੇ ਕਬੂਤਰ ਵੀ ਸਾਡੇ ਵੇਟ ਕਰਦੇ ਹੋਣੇ ਆ, ਅਤੇ ਚਲੋ ਵੀ ਮਿੱਤਰੋ ਆ ਜਾਓ ਵੀ, ਆ ਜਾਓ ਮਿੱਤਰੋ, ਆ ਜਾਓ ਆ ਜਾਓ, ਤੁਹਾਡੀ ਵੇਟ ਹੈ। ਚਲੋ ਜੀ ਕਬੂਤਰ ਆਪਾਂ ਖੋਲ ਦਿੱਤੇ, ਵੇਖੋ ਸਿੱਧੇ ਉੱਪਰ ਨੂੰ ਜਾਣਗੇ, ਆਪਦੀ ਦੇਖੋ ਤੁਹਾਨੂੰ ਦੱਸਾਂ, ਜਦੋਂ ਵੀ ਇਹਨਾਂ ਖੋਲਾਂਗੇ ਸਿੱਧਾ ਉੱਪਰ ਨੂੰ ਜਾਣਗੇ, ਅਤੇ ਮਾਰ ਲਈ ਉਡਾਰੀ ਇਹਨਾਂ ਨੇ, ਸਾਰਿਆਂ ਨੇ ਉਡਾਰੀ ਵਾਲੀ, ਕਾਫੀ ਕਬੂਤਰ ਸਾਡੇ ਜਿਹੜੇ ਉੱਡਦੇ ਆ, ਮਤਲਬ ਕਿ ਸਰੀ ਕਾਫੀ ਹੋ ਗਏ, ਵਿੱਚੋਂ ਦੋ ਚਾਰ ਕਬੂਤਰ ਜਿਹੜੇ ਸਾਡੇ ਆ ਉਹ ਸਰ ਹੋਣ ਵਾਲੇ, ਬਾਕੀ ਟੋਟਲੀ ਸਾਡੇ ਕਬੂਤਰ ਸਾਰੇ ਸਰ ਵਾ, ਅਤੇ ਵਧੀਆ ਲੱਗਦਾ ਜੇ ਸਾਰੇ ਆਪਾਂ ਟੋਟਲੀ ਉਡਾਈਏ ਨਾ, ਤਾਂ ਯਾਰ ਕਾਫੀ ਵਧੀਆ ਲੱਗਦਾ ਵਾ। ਅਤੇ ਆਪਾਂ ਇੱਦਾਂ ਕਰਦੇ ਯਾਰ ਕਬੂਤਰ ਆਪਾਂ ਉਡਾ ਕੇ ਦੇਖੀਏ, ਸਾਰੇ ਕਬੂਤਰ ਉਡਾ ਕੇ ਵੇਲੇ ਕਿੰਨਾ ਕੁ ਮਜ਼ਾ ਆਉਂਦਾ, ਨਾਲ ਦੇਖਦੇ ਹਾਂ ਵੀ ਆ ਸਾਰੇ ਉੱਡਦੇ ਕਿ ਨਹੀਂ ਉੱਡਦੇ, ਅਤੇ ਲੱਲੀ ਦਾ ਰਿਸਕ ਕੋਈ ਗੱਲ ਨਹੀਂ, ਕਿਤੇ ਨਹੀਂ ਜਾਣਾ ਇਹਨਾਂ ਨੇ, ਅਤੇ ਚਲੋ ਉਡਾ ਕੇ ਵੇਲੇ ਨੇ ਮਾੜਾ ਜਿਹਾ ਯਾਰ, ਰਿਸਕ ਵੀ ਬੜਾ ਹੈਗਾ ਕਿਉਂਕਿ ਇਹਨਾਂ 'ਚ ਕਬੂਤਰ ਸਾਡੇ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਨਾਲ ਇਹ ਸਾਨੂੰ ਬੜਾ ਘੁਲਣਾ ਪੈਂਦਾ ਉਹ ਲਾਉਣ ਵਾਸਤੇ, ਅਤੇ ਔਖਾ ਹੋਣਾ ਕੰਮ ਹੈ। ਅਤੇ ਇਹਨਾਂ ਨੂੰ ਇੱਦਾਂ ਕਰਾਂਗੇ ਸਵੇਰੇ ਉਡਾਵਾਂਗੇ ਆਪਾਂ, ਕੱਲ੍ਹ ਨੂੰ ਆਪਾਂ ਸਵੇਰੇ ਜ਼ਰੂਰ ਵੀਡੀਓ ਬਣਾਵਾਂਗੇ, ਕਬੂਤਰ ਉਡਾਵਾਂਗੇ ਅਤੇ ਤੁਹਾਨੂੰ ਵਿਖਾਵਾਂਗੇ,
10 ਵਜੇ ਆਪਾਂ ਮੁਰਗੀਆਂ ਬਾਹਰ ਕੱਢ ਦਿੱਤੀਆਂ ਵਾ ਅਤੇ ਖਿੜਕਾ ਕਰ ਦਿੱਤਾ ਬੰਦ, ਐਵੇਂ ਖੁੱਡੇ ਦਾ ਦਰਵਾਜ਼ਾ ਕਰ ਦਿੱਤਾ ਬੰਦ, ਅਤੇ ਆਪਾਂ ਹੁਣ ਰੱਖਦੇ ਜਾਂ ਕਬੂਤਰਾਂ ਨੂੰ ਪਾਣੀ, ਕਿਉਂਕਿ ਬੱਤਕਾਂ ਨੇ ਗੰਦਾ ਕਰ ਦਿੱਤਾ ਵਾ, ਇਹਨਾਂ ਨੂੰ ਵੀ ਪਾਣੀ ਪਾ ਦਿੰਦੇ ਹਾਂ, ਅਤੇ ਕੁੱਕੜਾਂ ਦਾ ਆਪਣਾ ਕਬੂਤਰਾਂ ਦਾ ਵੱਖਰਾ ਪਾਣੀ ਪਾ ਦਿੰਦੇ ਹਾਂ, ਤਾਂ ਫਿਰ ਇਹਨਾਂ ਨੂੰ ਪਾਉਂਦੇ ਸਾਰਿਆਂ ਨੂੰ ਦਾਣੇ। ਚਲੋ ਭਾਅ ਜੀ, ਇਹਨਾਂ ਦਾ ਆ ਗਿਆ ਪਾਣੀ, ਅਤੇ ਆਪਾਂ ਪਾ ਦਿੰਦੇ ਹਾਂ ਜੀ ਇਹ 'ਚ ਥੋੜ੍ਹਾ ਧੋ ਲਈਏ ਯਾਰ, ਇੱਕ ਮਿੰਟ ਰੁਕੋ ਬਈ, ਰੁਕੋ ਰੁਕੋ ਰੁਕੋ, ਹਾਂ ਕੰਮ ਜੀ ਤੁਹਾਡੇ ਕੱਢ ਦੀਏ ਬਾਹਰ, ਅਤੇ ਲਓ ਜੀ ਪਾਣੀ ਆਪਾਂ ਭਰ ਦਿੰਦੇ ਹਾਂ। ਆ ਜਾਓ ਬਈ, ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ, ਕਬੂਤਰ ਸਾਰੇ ਉਧਰਲੀ ਸਾਈਡ 'ਤੇ ਆ। ਲਓ ਜੀ ਪਾਣੀ ਆਪਾਂ ਭਰ ਦਿੱਤਾ ਵਾ, ਜਿਹੜਾ ਥੋੜ੍ਹਾ ਬਹੁਤਾ ਬਚਿਆ ਆਪਾਂ ਇਹਦੇ 'ਚ ਪਾ ਦਿੰਦੇ ਹਾਂ, ਇੱਥੇ ਸਾਡੀਆਂ ਓਈ ਵਾਹ ਤੁਹਾਡਾ ਪਾਣੀ ਉੱਧਰ ਆ, ਚਲੋ ਚਲੋ ਉੱਧਰ ਚਲੋ ਚਲੋ ਚਲੋ, ਹਾਂ ਅਗਲੇ ਬੰਨੇ ਚਲੋ ਪਾਣੀ ਉੱਧਰ। ਯਾਰ ਆ ਮੁਰਗਾ ਕਿਉਂ ਮਾਰਨ ਡਿਆ ਯਾਰ ਸਾਰੇ ਕਬੂਤਰਾਂ ਨੂੰ? ਅੱਗੇ ਵੇਖ ਰਿਹਾ ਮੈਂ ਕਬੂਤਰ ਜਦੋਂ ਵੀ ਥੱਲੇ ਆਉਂਦਾ ਕੋਈ ਤਾਂ ਮੁਰਗਾ ਨੂੰ ਮਾਰਦਾ ਵਾ, ਅਤੇ ਹੁਣ ਦੇਖਦੇ ਯਾਰ ਕੀ ਰਿਐਕਸ਼ਨ ਲੈਂਦਾ ਭਲਾ। ਇੱਥੇ ਕਬੂਤਰ ਸਾਡੇ ਆ ਗਏ ਪਾਣੀ ਪੀਣ, ਉੱਧਰ ਬੱਤਕਾਂ ਵੀ ਆ ਗਈਆਂ ਨਾਲ ਹੀ, ਯਾਰ ਬੱਤਕਾਂ ਨਾ ਆਪਣਾ ਪਾਣੀ ਛੱਡ ਕੇ ਅਤੇ ਉੱਧਰਲੇ ਬੰਨੇ ਚੱਲ ਗਈਆਂ ਵਾ, ਅਤੇ ਚਲੋ ਯਾਰ ਪੀ ਲੈਂਦੇ ਹਾਂ ਆਪਾਂ ਪਾਣੀ ਇਹਨੂੰ ਪੀਣ ਦਿੰਦੇ ਹਾਂ। ਅਤੇ ਲਓ ਬਾਈ ਜੀ, ਇੱਥੇ ਆ ਗਈ ਜੀ ਇਹਨਾਂ ਦੀ ਕਣਕ, ਅਤੇ ਆਪਾਂ ਕੁੰਡਾ ਕਰ ਲਿਆ ਖਾਲੀ, ਅਤੇ ਇਹਦੇ 'ਚ ਪਾਉਂਦੇ ਹਾਂ। ਆ ਜਾਓ ਵੀ ਆ ਜਾਓ, ਕੋਈ ਨਹੀਂ ਸਾਰਿਆਂ ਦਾ ਨੰਬਰ ਆਊਗਾ ਸਾਰਿਆਂ ਦਾ, ਕਬੂਤਰਾਂ ਨੂੰ ਵੀ ਇੱਥੇ ਪਾਉਣੀ ਆਪਾਂ, ਅਤੇ ਕਿਉਂਕਿ ਸਾਰੇ ਰੱਜ ਕੇ ਖਾ ਲੈਂਦੇ ਵੈਸੇ ਖਿਲਰ ਜਾਂਦੀ ਆ, ਅਤੇ ਜਦੋਂ ਸਾਡੇ ਕੁੱਕੜ ਖਾ ਲੈਣਗੇ ਨਾ ਤਾਂ ਕੋਈ ਨਹੀਂ ਆਪਾਂ ਕਬੂਤਰਾਂ ਨੂੰ ਵੱਖਰੀ ਪਾ ਦਾਂਗੇ। ਅਤੇ ਇੱਧਰ ਸਾਡੇ ਖਰਗੋਸ਼, ਇਹ ਵੀ ਤੁਹਾਨੂੰ ਵਿਖਾਲਦੇ ਹਾਂ ਜੀ। ਹਾਂ ਬਾਈ ਮਿੱਤਰੋ, ਕਿੱਦਾਂ ਫਿਰ ਸਾਰੇ ਠੀਕ ਠਾਕ ਆ? ਹਾਂ ਬਾਈ ਕਿਵੇਂ ਹੋ? ਉਹ ਸੋਹਣੇ ਹੋ ਕਿੱਦਾਂ? ਉਹ ਠੀਕ ਹਾਂ। ਆਹ ਦੇਖੋ ਸਾਡਾ ਭੋਲੂ ਜਿਹਾ ਕਿੰਨਾ ਸੋਹਣਾ ਵਾ, ਅਤੇ ਆਹ ਸਾਡਾ ਇਹ ਅੱਗੇ ਮਾਰਦਾ ਹੁਣ ਨਹੀਂ ਮਾਰਦਾ ਹੈਗਾ ਯਾਰ, ਕਾਫੀ ਫਰਕ ਪੈ ਗਿਆ। ਅਤੇ ਆਹ ਦੇਖੋ ਕਿਵੇਂ ਭੋਲੀ ਜੀ ਬਣ ਕੇ ਹੁਣ ਬੈਠ ਗਈ ਆ, ਅਤੇ ਆਹ ਕਾਫੀ ਸੋਹਣੇ ਲੱਗਦੇ ਯਾਰ ਛੋਟੇ ਛੋਟੇ ਖਰਗੋਸ਼ ਸਾਡੇ। ਅਤੇ ਛੋਟੇ ਛੋਟੇ ਬੱਚੇ ਦੇਖੋ ਕਿਹੜੇ ਕਿਹੜੇ ਹੋ ਗਏ, ਤੁਸੀਂ ਦੇਖੋ ਉਹੀ ਬੱਚੇ ਆ, ਅਤੇ ਕਾਫੀ ਵੱਡੇ। ਹਾਂ ਵੀ ਅੰਦਰੇ ਰਹਿਣਾ, ਬਾਹਰ ਨਹੀਂ ਨਿਕਲਣਾ। ਨਹੀਂ ਇੱਥੇ ਲੱਗਦਾ ਮੁਰਗਾ ਉਹ ਮਾਰਨ ਡਿਆ ਵਾ ਕਬੂਤਰਾਂ ਨੂੰ ਸਾਰਿਆਂ ਨੂੰ। ਆਓ ਦੇਖੋ ਯਾਰ ਇਹ ਚੰਗਾ ਕੰਮ ਜੇ, ਪਹਿਲੋਂ ਸਾਡਾ ਬੱਤਕ ਜਿਹੜਾ ਉਹ ਮਾਰਦਾ ਇੱਕ ਕਬੂਤਰਾਂ ਨੂੰ, ਅਤੇ ਯਾਰ ਇਹਨੂੰ ਗੰਦੀ ਆਦਤ ਪੈ ਗਈ ਆ। ਇਹਨਾਂ ਦਾ ਥੋੜ੍ਹਾ ਬਹੁਤਾ ਟਾਈਮ ਚੇਂਜ ਕਰ ਦਈਏ, ਪਹਿਲੋਂ ਆਪਾਂ ਕਬੂਤਰਾਂ ਨੂੰ ਦਾਣੇ ਪਾਇਆ ਕਰੀਏ, ਫਿਰ ਆਪਾਂ ਕੁੱਕੜਾਂ ਨੂੰ ਬਾਅਦ 'ਚ ਕੱਢਿਆ ਕਰਾਂਗੇ, ਅਤੇ ਇਹਨਾਂ ਨੂੰ ਵੀ ਦਾਣੇ ਪਾ ਦਿਆ ਕਰਾਂਗੇ, ਠੀਕ ਹੈ ਬਾਅਦ ਵਿੱਚ। ਜਾਂ ਤਾਂ ਜਿਹੜੇ ਸਾਡੇ ਕੁੱਕੜ ਵਾ ਅਤੇ ਦਾਣੇ ਖਾਣ ਨਹੀਂ ਦਿਆ ਕਰੇਗਾ ਯਾਰ, ਜਾਂ ਫਿਰ ਇਹਨੂੰ ਖਾ ਲੈਂਦੋ, ਅਤੇ ਆਪਾਂ ਇੱਦਾਂ ਕਰਦੇ ਕਿ ਇਹਨੂੰ ਬੰਦ ਕਰ ਦਾਂਗੇ ਖੁੱਡੇ 'ਚ, ਅਤੇ ਫਿਰ ਬਾਅਦ 'ਚ ਸਾਡੇ ਕਬੂਤਰ ਜਿਹੜੇ ਉਹ ਦਾਣੇ ਖਾ ਲੈਣਗੇ। ਲਓ ਬਾਈ ਜੀ, ਇੱਥੇ ਇਹਨਾਂ ਨੂੰ ਪਾ ਦਿੱਤੇ ਆਪਾਂ 4-5 ਖੀਰੇ, ਅਤੇ ਹੋ ਗਏ ਸਾਰੇ ਦੁਆਲੇ, ਇਹਨਾਂ ਨੂੰ ਖਾਣ ਦਿੰਦੇ ਆਪਾਂ, ਅਤੇ ਚੱਲਦੇ ਹਾਂ ਜੀ ਹੁਣ ਗਿੰਨੀ ਪਿਕ ਨੂੰ ਪਾਉਂਦੇ ਹਾਂ। ਬਾਈ ਤੁਹਾਡੇ ਹੱਥੇ ਵੀ ਲੈ ਕੇ ਆਪਾਂ ਖੀਰੇ, ਅਤੇ ਇਹਨਾਂ ਨੂੰ ਆਪਾਂ ਇੱਕ ਹੀ ਹੀਰਾ ਪਾਉਣਾ ਵਾ, ਇਹਨਾਂ ਨੇ ਇਹੋ ਹੀ ਮਹਾਂ ਮੁਕਾਬਲੇ, ਇਹਨਾਂ 'ਚ ਇੰਨਾ ਹੀ ਬੜੀ ਹਿੰਮਤ ਆ। ਹੀਰਾ ਮੈਂ ਪਹਿਲਾਂ ਵੀ ਪਾ ਕੇ ਦੁਪਹਿਰੇ ਇਹਨਾਂ ਨੇ ਛੱਡਿਆ ਹੋਇਆ ਵਾ, ਤਾਂ ਕੋਈ ਗੱਲ ਨਹੀਂ ਆਪਾਂ ਫਿਰ ਪਾ ਦਿੰਦੇ ਹਾਂ। ਅਤੇ ਇੱਥੇ ਯਾਰ ਕੰਗਣੀ ਪਾ ਦਿੰਦੇ ਇਹਨਾਂ ਦੀ, ਆਹ ਕੱਢ ਦਿੰਦੇ ਆਪਾਂ ਇੱਥੇ, ਅਤੇ ਇਹਦੇ 'ਚ ਕੰਗਣੀ ਆਪਾਂ ਨਵੀਂ ਪਾ ਦਿੰਦੇ ਹਾਂ। ਲਓ ਇੱਥੇ ਆਪਾਂ ਪਾ ਦਿੱਤੀ ਜੀ ਕੰਗਣੀ, ਅਤੇ ਇੱਦਾਂ ਕਰਦੇ ਹਾਂ ਥੋੜ੍ਹੀ ਆਪਾਂ ਉਹ ਟੱਬ 'ਤੇ ਪਾ ਦਿੰਦੇ ਹਾਂ। ਤਾਂ ਲਓ ਬਾਈ ਜੀ, ਆਪਾਂ ਕੰਗਣੀ ਪਾਈ, ਤੁਸੀਂ ਦੇਖ ਸਕਦੇ ਹੋ ਕਿ ਸਾਡੇ ਗਿੰਨੀ ਪਿੱਕ ਖਾਂਦੇ ਆ, ਅਤੇ ਇਸੇ ਕਰਕੇ ਆਪਾਂ ਉਹ ਵੱਖਰੀ ਕੰਗਣੀ ਜਿਹੜੀ ਆਪਣੀਆਂ ਬਜਿਸ ਅਤੇ ਫਿੰਚ ਵਾਸਤੇ ਰੱਖ ਦਿੰਦੇ ਹਾਂ। ਅਤੇ ਹੁਣ ਬਜਿਸ ਅਤੇ ਫਿੰਚ ਸਾਰਿਆਂ ਦਾ ਧਿਆਨ ਇੱਧਰ ਹੀ ਆ ਕਿ ਆਪਾਂ ਥੱਲੇ ਜਾ ਕੇ ਅਤੇ ਕੰਗਣੀ ਖਾਈਏ। ਸੋ ਆਪਾਂ ਚੱਲਦੇ ਹਾਂ ਜੀ ਬਾਹਰ। ਤਾਂ ਲਓ ਜੀ ਆਪਾਂ ਬਾਹਰ ਆ ਗਏ ਹਾਂ, ਅਤੇ ਉੱਧਰ ਸਾਡੇ ਮੁਰਗੇ, ਤਾਂ ਤੁਸੀਂ ਦੇਖ ਸਕਦੇ ਹੋ ਯਾਰ ਕੋਈ ਗੜਬੜ ਨਾ ਕਰਦੇ, ਮੈਨੂੰ ਤਾਂ ਇਹੀ ਡਰ ਹੁੰਦਾ ਜਦੋਂ ਉਡਾਰੀ ਮਾਰੀ ਨਾ ਅਤੇ ਗਮਲਾ ਕਿਤੇ ਪਿੱਛੇ ਨਾ ਚੱਲ ਜਾਏ ਯਾਰ, ਇਹ ਯਾਰ ਪਰੇਸ਼ਾਨੀ ਦਾ ਕਾਰਨ ਬਣਨਗੇ। ਚਲੋ ਚਲੋ ਥੱਲੇ, ਚਲੋ 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 ਚਲੋ, ਵੈਰੀ ਗੁੱਡ। ਲਓ ਜੀ ਇਹ ਆ ਗਏ ਥੱਲੇ, ਅਤੇ ਤੁਸੀਂ ਤਾਂ ਦੇਖ ਸਕਦੇ ਹੋ ਸਾਡੀਆਂ ਯਾਰ ਕਣਕ ਆਪਾਂ ਪਾ ਦਈਏ, ਕਿਉਂਕਿ ਕਣਕ ਖਤਮ ਹੋ ਗਈ ਆ, ਇੱਦਾਂ ਕਰਦੇ ਆਪਾਂ ਕਣਕ ਹੋਰ ਪਾ ਦਿੰਦੇ ਲਿਆ ਕੇ। ਅਤੇ ਯਾਰ ਆ ਮੁਰਗੇ ਨੇ ਤਾਂ ਸ਼ਰਮੀ ਲਾ ਲਈ ਆ, ਆਹ ਤੁਸੀਂ ਦੇਖੋ ਸਾਡੇ ਲੱਕੇ ਨੂੰ ਵੀ ਇਹਨੇ ਮਾਰਿਆ, ਅਤੇ ਲੱਕੇ ਦੇ ਪੂਰੇ ਖੰਭ ਖੰਭ ਕਰ ਛੱਡਿਆ, ਉਹ ਪੂਰੇ ਡਾ ਛੱਡੇ ਇਹਨੇ, ਇਹਦੇ ਤਾਂ ਕੀ ਕਰਾਂ ਯਾਰ ਮੈਨੂੰ ਤੁਹਾਨੂੰ ਸਮਝ ਨਹੀਂ ਆ ਰਹੀ, ਇਹ ਤਾਂ ਪੂਰਾ ਨੁਕਸਾਨ ਕਰ ਸਕਦਾ ਵਾ। ਮੈਂ ਤਾਂ ਕਣਕ ਲੈ ਕੇ ਆਇਆ ਕਬੂਤਰਾਂ ਹੱਥੇ, ਅਤੇ ਆ ਲਓ ਬਈ ਖਾਓ ਮਿੱਤਰੋ, ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਸਾਰੇ ਆ ਜਾਓ। ਯਾਰ ਇਹਨਾਂ ਨੇ ਫਿਰ ਆ ਕੇ ਤੰਗ ਕਰਨਾ ਮੈਨੂੰ ਲੱਗਦਾ, ਆਓ ਦੇਖੋ ਯਾਰ ਇਹ ਕੀ ਗੱਲ ਹੋ ਗਈ ਆ,
ਯਾਰ ਪਹਿਲਾਂ ਸਾਡੀ ਬਦਕ ਤੰਗ ਕਰਦੀ ਸੀ ਅਤੇ ਆਤਮੀ ਦੇਖੋ ਫੇਰ ਆ ਕਬੂਤਰ ਫੇਰ ਆਏ ਆਹ ਦੇਖੋ ਫੇਰ ਇਹ ਇਹ ਆਓ ਦੇਖੋ ਮੈਨੂੰ ਲੱਗਦਾ ਇਹਨੂੰ ਮੈਨੂੰ ਬੰਦ ਕਰਨਾ ਪੈਣਾ ਵੱਖਰਾ ਅਤੇ ਫਿਰ ਇਹਨੇ ਰੋਕ ਆਉਣਾ ਆਓ ਦੇਖੋ ਫੇਰ ਇਹਨੂੰ ਮੈਂ ਕਰਦਾ ਯਾਰ ਫੜਦਾ ਪਹਿਲਾਂ ਅਤੇ ਕਰਦਾ ਬੰਦ ਹਾਂ ਵੀ ਮਿੱਤਰਾ ਕੀ ਚਾਹੀਦਾ ਤੈਨੂੰ ਹੈਂ ਚੱਲ ਉੱਧਰ ਚੱਲ ਮੈਂ ਤੇਰਾ ਕਰਦਾ ਲਾ ਚੱਲ 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 ਇਹਨੂੰ ਯਾਰ ਫੜਦਾ ਮੈਂ ਹਾਂ ਚੱਲ ਚੱਲ ਅੰਦਰ ਚੱਲ 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 ਜਾਣ ਮੈਂ ਦੇਣਾ ਨਹੀਂ ਤੈਨੂੰ ਆ ਇੱਥੇ ਆ ਅਤੇ ਆ ਜਾ ਚੱਲ ਵੈਰੀ ਗੁੱਡ ਤਾਂ ਲਓ ਜੀ ਕਰਤਾ ਇਹਨੂੰ ਇਕੱਲੇ ਨੂੰ ਬੰਦ ਹੁਣ ਰਹੋ ਅੰਦਰੇ ਅਤੇ ਸਾਡੇ ਕਬੂਤਰ ਜਾਂ ਸੌਖੇ ਰਹਿਣਗੇ ਦਾਣੇ ਦੂਣੇ ਖਾ ਲੈਣਗੇ ਰੱਜ ਕੇ ਜਾਂ ਤਾਂ ਇਹਨਾਂ ਨੇ ਅਤੇ ਤੰਗ ਹੀ ਕਰੀ ਜਾਣਾ ਇਹਨਾਂ ਨੂੰ ਤਾਂ ਤੁਹਾਨੂੰ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰੋਗੇ ਪਲੀਜ਼ ਯਾਰ ਗੁੱਸਾ ਨਾ ਕਰਿਓ ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਅਤੇ ਉਹ ਗੱਲ ਹੀ ਦਰਅਸਲ ਇੱਦਾਂ ਦੀ ਆ ਕਿ ਅੱਜ ਮੈਂ ਸਾਰਿਆਂ ਦੇ ਕਮੈਂਟ ਪੜ੍ਹਨੇ ਆ ਠੀਕ ਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਯਾਰ ਮੈਂ ਤੁਹਾਡੇ ਕਮੈਂਟ ਪੜ੍ਹਨੇ ਅੱਜ ਅਤੇ ਕਿਉਂਕਿ ਪੁਰਾਣੇ ਕਮੈਂਟ ਸਾਡੇ ਪਿਛਲੀ ਵੀਡੀਓ 'ਤੇ ਵੀ ਕਮੈਂਟ ਪਏ ਅਤੇ ਪਹਿਲਾਂ ਵੀ ਪੜ੍ਹਨ ਵਾਲੇ ਯਾਰੇ ਆਪਾਂ ਉਹ ਤਾਂ ਨਹੀਂ ਜਿਹੜੇ ਪਿਛਲੀ ਵੀਡੀਓ 'ਤੇ ਆਪਾਂ ਉਹ ਜ਼ਰੂਰ ਪੜ੍ਹਾਂਗੇ ਕਿਉਂਕਿ ਕਾਫੀ ਸਾਡੇ ਵੀਰ ਭਰਾ ਅਤੇ ਕਮੈਂਟ ਕਰਦੇ ਸੀ ਕਿ ਯਾਰ ਸਾਡਾ ਨਾਮ ਬੋਲੋ ਅਤੇ ਅੱਜ ਆਪਾਂ ਸਾਰਿਆਂ ਦਾ ਨਾਮ ਬੋਲਾਂਗੇ ਠੀਕ ਆ ਜੀ ਸੋ ਬਣੇ ਦੋ ਵੀਡੀਓ 'ਤੇ ਸਟਾਰਟ ਕਰਦੇ ਹਾਂ ਵੀਡੀਓ ਪਹਿਲਾਂ ਸਾਡਾ ਕਮੈਂਟ ਕੀਤਾ ਸੀ ਸਾਡੇ ਜਿਮ ਵਰਕਆਊਟ ਸੋ ਵੀਰ ਜੀ ਕਹਿ ਰਹੇ ਕਿ ਬੱਤਕਾਂ ਨੂੰ ਛੋਟਾ ਜਿਹਾ ਇੱਕ ਪੂਲ ਬਣਾ ਦਿਓ ਅਤੇ ਵੀਰੇ ਸਾਡੇ ਕੋਲ ਨਾ ਟੱਬ ਹੈਗਾ ਵਾ ਆਪਾਂ ਉਹਦੇ 'ਚ ਪਾਣੀ ਪਾ ਦਿੰਦੇ ਹਾਂ ਅਤੇ ਡੇਲੀ ਇਹਨੂੰ ਪਾਣੀ ਨੂੰ ਕੱਢ ਦੇਈਦਾ ਬਾਹਰ ਤਾਂ ਕਿ ਜੋ ਪਾਣੀ ਆਪਾਂ ਇਕੱਠਾ ਰੱਖਾਂਗੇ ਤਾਂ ਪਾਣੀ ਹੋ ਜਾਂਦਾ ਗੰਦਾ ਬਹੁਤ ਜ਼ਿਆਦਾ ਫਿਰ ਬਦਬੂ ਵੀ ਆਉਂਦੀ ਆ ਅਤੇ ਨਾਲੇ ਫਿਰ ਮੱਛਰ ਵੀ ਪੈਦਾ ਹੁੰਦਾ ਇਸ ਕਰਕੇ ਆਪਾਂ ਪਾਣੀ ਪਾਉਂਦਾ ਅਤੇ ਕੱਢ ਦੇਈਦਾ ਵਾ ਅਤੇ ਬਟ ਕਹਿ ਰਹੇ ਕਿ ਗੁੱਡ ਲੱਕ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਢਿੱਲੋਂ ਪੀਜ਼ਨ ਸੋ ਕਹਿ ਰਹੇ ਕਿ ਕਿਉਂ ਕਿਉਂ ਗੱਲ ਨਹੀਂ ਆਈ ਮੀਨ ਕੋਈ ਗੱਲ ਹੋਈ ਹੈ ਸ਼ਾਇਦ ਇੱਦਾਂ ਦੀ ਕੰਮ ਦੀ ਕਹਿੰਦੇ ਕੰਮ ਪਹਿਲਾਂ ਅਤੇ ਵੀਰ ਮੈਂ ਤੁਹਾਡੀ ਗੱਲ ਸਮਝਦਾ ਵਾਂ ਅਤੇ ਬਹੁਤ ਬਹੁਤ ਸ਼ੁਕਰੀਆ ਇਹ ਆਪਾਂ ਕੰਮ ਨੂੰ ਪਹਿਲ ਦੇਈਏ ਤਾਂ ਸਭ ਤੋਂ ਬੈਸਟ ਵਾ ਅਤੇ ਵੈਸੇ ਤਾਂ ਮੈਂ ਇਹ ਵੀ ਕੰਮ ਦੇ ਤੌਰ 'ਤੇ ਕਰ ਰਿਹਾ ਵਾਂ ਕਿ ਸਾਡਾ ਚੈਨਲ ਵੀ ਸਾਰਾ ਥੋੜ੍ਹਾ ਗਰੋ ਹੋ ਜਾਵੇ ਵਧੀਆ ਤਰੀਕੇ ਨਾਲ ਅਤੇ ਆਪਾਂ ਇਹ ਤੋਂ ਵੀ ਫਾਇਦਾ ਲੈ ਸਕੀਏ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਧੰਨਵਾਦ ਜੀ ਦੀਪ ਸ਼ਰਮਾ ਜੀ ਨੇ ਸੋ ਇਹਨਾਂ ਨੇ ਵੀਰ ਜੀ ਨੂੰ ਦੱਸਿਆ ਕਿ ਜਿਹੜੀਆਂ ਜਾਵਾ ਪਿੰਜੀ ਦੀ ਗੱਲ ਕੀਤੀ ਕਿ ਮੇਲ ਫੀਮੇਲ ਵਾਲੇ ਉਹਨਾਂ ਨੇ ਦੱਸਿਆ ਕਿ ਜਿਹੜੀ ਡਾਰਕ ਜਿਹਦੀ ਚੁੰਝ ਹੈਗੀ ਆ ਉਹ ਆਪਣਾ ਮੇਲ ਆ ਅਤੇ ਜਿਹਦੀ ਥੋੜ੍ਹੀ ਲਾਈਟ ਵਾ ਚੁੰਝ ਉਹ ਫੀਮੇਲ ਹੁੰਦੀ ਆ ਅਤੇ ਨਾਲੇ ਵੀਰ ਜੀ ਦੇ ਕਹਿ ਰਹੇ ਕਿ ਇਹਨਾਂ ਦੇ ਰੈਬਿਟ ਦੀ ਆ ਲੱਤ ਟੁੱਟ ਗਈ ਆ ਅਤੇ ਬਹੁਤ ਮਾੜੀ ਗੱਲ ਹੋਈ ਯਾਰ ਸੋ ਪਤਾ ਕੀ ਹੈ ਜਦੋਂ ਐਵੇਂ ਦਾ ਬਰਡ ਦਾ ਕੁਛ ਨਾ ਕੁਛ ਹੁੰਦਾ ਨਾ ਯਾਰ ਬੜਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਕਿਉਂਕਿ ਤੁਹਾਨੂੰ ਪਤਾ ਵੀ ਉਹਨਾਂ ਨੇ ਕਵਰ ਕਰਨਾ ਬੜਾ ਔਖਾ ਹੁੰਦਾ ਵਾ ਜਿਹੜਾ ਇਨਸਾਨ ਹੁੰਦਾ ਆਪਾਂ ਤਾਂ ਕੁਛ ਨਾ ਕੁਛ ਸਾਨੂੰ ਪਤਾ ਹੀ ਕਰ ਲੈਣਾ ਵਾ ਅਤੇ ਉਹਨਾਂ ਵਾਸਤੇ ਸਾਨੂੰ ਆਪ ਹੀ ਵੇਖਣਾ ਪੈਣਾ ਵਾ ਅਤੇ ਜ਼ਰੂਰ ਉਹਦਾ ਥੋੜ੍ਹਾ ਬਹੁਤਾ ਜੋ ਵੀ ਟ੍ਰੀਟਮੈਂਟ ਤੁਸੀਂ ਕਰ ਸਕਦੇ ਉਹਨੂੰ ਜ਼ਰੂਰ ਕਰੋ ਠੀਕ ਆ ਜੀ ਥੋੜ੍ਹਾ ਜਿਹਾ ਉਹਦੀ ਲੱਤ ਨੂੰ ਚਾਹੇ ਬੰਨ ਕੇ ਬਾਂਸ ਦੀ ਫੱਟੀ ਲੈ ਕੇ ਕੱਟ ਕੇ ਉਹਨੂੰ ਮਕੀ ਕੱਟ ਕੇ ਜਿਵੇਂ ਲਾਉਂਦੇ ਆ ਉਹ ਨਾਲ ਲਾ ਕੇ ਤੁਸੀਂ ਉਹਨੂੰ ਬੰਨ ਦਿਓ ਪੱਟੀ ਨਾਲ ਅਤੇ ਹੋ ਸਕਦਾ ਕਿ ਉਹਦੀ ਲੱਤ ਬਿਲਕੁਲ ਠੀਕ ਹੋ ਜਾਵੇ ਜੇ ਹੁੰਦੀ ਆਪਣੀ ਮੂਵ ਹੁੰਦੀ ਹੈ ਜਿੱਦਾਂ ਉਹਦੀ ਲਾ ਦਿਓ ਕਿ ਉਹਦੀ ਜਿਹੜੀ ਲੱਤ ਬਿਲਕੁਲ ਸਹੀ ਹੋ ਜਾਵੇ ਸੋ ਬਾਕੀ ਥੋੜ੍ਹੀ ਬਹੁਤੀ ਕੇਅਰ ਕਰੋ ਅਤੇ ਬਾਬਾ ਜੀ ਨੇ ਕਿਰਪਾ ਕਰ ਦੇਣੀ ਬਾਰਾ ਸਾਰਾ ਕੁਝ ਠੀਕ ਹੋ ਜਾਣਾ ਠੀਕ ਹੈ ਜੀ ਸੋ ਥੈਂਕ ਯੂ ਵੀਰ ਜੀ ਓਕੇ ਜੀ ਸਾਹਿਬ ਮੇਰਾ ਬਹੁਤ ਬਹੁਤ ਸ਼ੁਕਰੀਆ ਜੀ ਇਮੋਜੀ ਭੇਜੇ ਤੁਸੀਂ ਦਿਲ ਵਾਲੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਥੈਂਕ ਯੂ ਜੀ ਸਾਡਾ ਭਰਾ ਜੀਵਨ ਜੋਤ ਸੋ ਇਹ ਵੀਰ ਜੀ ਨੇ ਆਪਾਂ ਵੀਡੀਓ 'ਚ ਕਿਹਾ ਸੀ ਕਿ ਆਪਣਾ ਮੁਰਗੇ ਦੀ ਫਾਈਟ ਵਾਸਤੇ ਅਤੇ ਵੀਰ ਜੀ ਕਹਿ ਰਹੇ ਕਿ ਇਹਨਾਂ ਨੂੰ ਹੁਣ ਤੋਂ ਖੁਰਾਕ ਦੇਣੀ ਸ਼ੁਰੂ ਕਰੋ ਤਾਂ ਕਿ ਸਾਡਾ ਜਿਹੜਾ ਮੁਰਗਾ ਬਿਲਕੁਲ ਸੈੱਟ ਹੋ ਜਾਵੇ ਅਤੇ ਵਧੀਆ ਘੈਂਟ ਹੋ ਜਾਵੇ ਅਤੇ ਲੜਾਈ ਵਾਸਤੇ ਬਿਲਕੁਲ ਸੈੱਟ ਹੋ ਜਾਵੇ ਸੋ ਜ਼ਰੂਰ ਵੀਰੇ ਆਪਾਂ ਇਹਦੇ ਵਾਸਤੇ ਵੀ ਤਿਆਰੀ ਕਰਦੇ ਹਾਂ ਅਤੇ ਕੋਈ ਨਹੀਂ ਆਪਾਂ ਦੇਖਦੇ ਹਾਂ ਜੋ ਵੀ ਇਹਨੂੰ ਖਵਾਉਣਾ ਪਿਆਉਣਾ ਵਾ ਠੀਕ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਧੰਨਵਾਦ ਜੀ ਅਗਲਾ ਕਮੈਂਟ ਹੈ ਸਾਡੇ ਜੀ ਕਰਮਨ ਸਿੰਘ ਜੀ ਦਾ ਅਤੇ ਇਹ ਵੀ ਵੀਰ ਜੀ ਭਰਾ ਇਹੀ ਦੱਸਦੇ ਪਏ ਕਿ ਜਿਹੜੇ ਜਿਹਨਾਂ ਦੀ ਫਿੰਚ ਦੀ ਗੱਲ ਕੀਤੀ ਕਿ ਡਾਰਕ ਜਿਹਦੀ ਫਿੰਚ ਆ ਉਹ ਮੇਲ ਹੈਗਾ ਵਾ ਅਤੇ ਜਿਹਦੀ ਲਾਈਟ ਹੁੰਦੀ ਆ ਜਿਵੇਂ ਚੁੰਝੀ ਨੂੰ ਕਹਿ ਸਕਦੇ ਹਾਂ ਆਪਾਂ ਉਹ ਕਹਿੰਦੇ ਫੀਮੇਲ ਵਾ ਅਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਧੰਨਵਾਦ ਜੀ ਬਾਕੀ ਤੁਹਾਡਾ ਮੈਂ ਕਮੈਂਟ ਪੜਿਆ ਵਾ ਅਤੇ ਉਹਦੇ ਵਾਸਤੇ ਮੈਂ ਸ਼ੁਕਰੀਆ ਕਰਦਾ ਜੀ ਅਤੇ ਮੈਂ ਉਹ ਸਾਰਿਆਂ ਨੂੰ ਪੜ੍ਹ ਕੇ ਸੁਣਾਉਣਾ ਕੋਈ ਠੀਕ ਹੈ ਜੀ ਸਮਝ ਗਏ ਤੁਸੀਂ
ਤੇ ਬਹੁਤ ਬਹੁਤ ਧੰਨਵਾਦ ਜੀ, ਦਿਲੋਂ ਸ਼ੁਕਰੀਆ ਕਰਦਾ ਤੁਹਾਡਾ ਮੈਂ। ਥੈਂਕ ਯੂ ਜੀ। ਅਗਲਾ ਕਮੈਂਟ ਕੀਤਾ ਸਾਡੇ ਸੰਦੀਪ ਸਿੰਘ ਜੀ ਨੇ, ਸੋ ਵੀਰ ਜੀ ਕਰਕੇ ਨਾਈਸ ਵੀਡੀਓ ਵੀ ਜੀ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ। ਅਤੇ ਪੁੱਛ ਰਹੇ ਵੀ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ, ਅਤੇ ਵੀਰੇ ਮੈਂ ਗੁਰਦਾਸਪੁਰ ਏਰੀਆ ਸਾਡਾ, ਅਤੇ ਘੁਮਾਣ ਕਸਬਾ ਪੈਂਦਾ ਵਾ, ਪਿੰਡ ਕਹਿ ਲਓ ਜਾਂ ਕਸਬਾ ਕਹਿ ਲਓ, ਅਤੇ ਮੈਂ ਘੁਮਾਣ ਪਿੰਡ ਤੋਂ ਹਾਂ, ਠੀਕ ਹੈ ਜੀ। ਅਤੇ ਬਾਕੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ, ਅਤੇ ਬਾਕੀ ਇੱਦਾਂ ਪਿਆਰ ਦਿੰਦੇ ਰਹੋ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਰਜਿੰਦਰ ਸਿੰਘ ਜੀ ਕੈਨੇਡਾ, ਸੋ ਕਹਿ ਰਹੇ ਕਿ ਵੈਰੀ ਨਾਈਸ ਵੀਡੀਓ, ਥੈਂਕ ਯੂ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਕਿਵੇਂ ਹੋ, ਠੀਕ ਠਾਕ ਹੋ? ਜੀਤ ਸਿੰਘ ਜੀ ਕਹਿ ਰਹੇ ਕਿ ਨਾਈਸ ਵੀਡੀਓ, ਇਹ ਮੇਰਾ ਵੀਰ ਭਰਾ ਜੀ ਅੰਮ੍ਰਿਤਸਰ ਤੋਂ, ਅਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਰਣਜੀਤ ਸਿੰਘ ਜੀ ਧੰਨਵਾਦ ਜੀ। ਸਿਮਰਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਕਹਿ ਰਹੇ ਕਿ ਨਾਈਸ ਵੀਡੀਓ, ਧੰਨਵਾਦ ਜੀ, ਥੈਂਕ ਯੂ ਜੀ। KL ਵਲੌਗ, ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਸ਼ੁਕਰੀਆ ਜੀ, ਥੈਂਕ ਯੂ। ਢਿੱਲੋ ਪਿਜਨ, ਨਾਈਸ ਵੀਡੀਓ, ਥੈਂਕ ਯੂ ਜੀ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇੱਥੇ ਬੱਟੀ ਲੋਫਟ, ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਧੰਨਵਾਦ ਜੀ। ਹੋਰ ਕਿਵੇਂ ਹੋ, ਠੀਕ ਠਾਕ ਹੋ? ਅਤੇ ਵੀਰ ਦਾ ਵੀ ਚੈਨਲ ਆ ਬੱਟੀ ਲੋਫਟ ਦੇ ਨਾਂ ਦਾ, ਸੋ ਇਹਨਾਂ ਨੂੰ ਜਾ ਕੇ ਤੁਸੀਂ ਚੈਨਲ ਨੂੰ ਵਿਜਿਟ ਕਰੋ ਯਾਰ, ਬਹੁਤ ਵਧੀਆ ਵੀਡੀਓ ਬਣਾਉਂਦੇ ਪਏ ਵੀਰ ਜੀ, ਕਾਫੀ ਮਿਹਨਤ ਕਰਦੇ ਪਏ ਆ, ਅਤੇ ਸਾਰੇ ਜਾ ਕੇ ਜ਼ਰੂਰ ਯਾਰ ਇੱਥੇ ਵਿਜਿਟ ਕਰਕੋ ਇੱਕ ਵਾਰੀ, ਠੀਕ ਹੈ ਜੀ। ਚਲੋ ਵੀਰ ਜੀ, ਆਪਾਂ ਜਿਹੜੇ ਕਮੈਂਟ ਪੜ੍ਹੇ ਉਹ ਪਿਛਲੀ ਵੀਡੀਓ 'ਤੇ ਪੜ੍ਹੇ, ਜਿਹੜੇ ਉਹ ਤੋਂ ਪਿਛਲੀ 'ਤੇ ਪੜ੍ਹਨੇ ਸੀ ਯਾਰ, ਵੀਡੀਓ ਜ਼ਿਆਦਾ ਲੰਬੀ ਹੋਣੀ, ਇਸ ਕਰਕੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਵਾਂ। ਅਤੇ ਜਿਹੜੀ ਹੁਣ ਇਸ ਵੀਡੀਓ 'ਚ ਤੁਸੀਂ ਕਮੈਂਟ ਕਰੋਗੇ, ਆਪਾਂ ਪੱਕਾ ਤੁਹਾਨੂੰ ਵਾਅਦਾ ਕਰਦੇ ਕਿ ਸਾਰਿਆਂ ਦਾ ਆਪਾਂ ਕਮੈਂਟ ਜ਼ਰੂਰ ਪੜ੍ਹਾਂਗੇ। ਸੋ ਇਹ ਐਕਾਂ ਤੁਸੀਂ ਸਾਰੇ ਵੀਡੀਓ 'ਤੇ ਕਮੈਂਟ ਕਰ ਦਿਓ, ਜਿੰਨੇ ਵੀ ਮੇਰੇ ਵੀਰ ਭਰਾ ਨੇ ਆਪਣੇ ਕਮੈਂਟ ਪੜ੍ਹਾਉਣੇ ਆ, ਠੀਕ ਆ ਜੀ। ਅਤੇ ਆਪਾਂ ਜ਼ਰੂਰ ਉਹਨਾਂ ਦਾ ਚੈਨਲ ਦਾ ਨਾਮ ਵੀ ਲਵਾਂਗੇ, ਅਤੇ ਸਾਰਿਆਂ ਦੇ ਕਮੈਂਟ ਜ਼ਰੂਰ ਪੜ੍ਹਾਂਗੇ, ਅਤੇ ਜ਼ਿਆਦਾ ਵੀਡੀਓ ਆਪਾਂ ਲੰਬੀ ਨਹੀਂ ਕਰਨੀ ਹੈਗੀ, ਠੀਕ ਆ ਜੀ। ਬਾਕੀ ਤੁਸੀਂ ਦੇਖ ਸਕਦੇ ਕਬੂਤਰ ਸਾਡੇ ਚੱਲ ਗਏ ਜੀ ਖੁੱਡਿਆਂ ਦੇ ਅੰਦਰ, ਅਤੇ ਬਤਕਾਂ ਬੁਤਕਾਂ ਨੂੰ ਵੀ ਕਰ ਦੇਣਾ ਜੀ ਬੰਦ, ਹਨੇਰਾ ਕਾਫੀ ਹੋਏ ਲੱਗਾ ਵਾ। ਸੋ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ, ਸੋ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ, ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਕਰੋ ਸ਼ੇਅਰ। ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਤੇ, ਓਕੇ ਜੀ, ਬਾਏ।